आपने विदेश से हवाई जहाज के माध्यम से हिंदुस्तान आने वालों को कई बार देखा और सुना होगा, लेकिन आज हम आपको एक ऐसे शख्स के बारे में बताने जा रहे हैं जो सड़क के रास्ते जर्मन से अम्बाला पहुंचे हैं। धर्मेंद्र सिंह मुल्तानी आज से 23 वर्ष पूर्व जर्मन गए थे, लेकिन कुछ रोज पहले उन्होंने हिंदुस्तान आने का फैसला लिया। धर्मेंद्र जर्मन से चले तो उन्होंने रास्ते में 13 देशों को पार किया और इसके लिए उन्होंने 10,000 किलोमीटर से ऊपर का सफर तय किया। रास्ते में उन्हें कई तरह की परेशानियां भी आई, लेकिन तकरीबन 2-2.5 साल से धर्मेंद्र इस सफर की तैयारी कर रहे थे, लिहाजा उन्होंने लगभग 5 लाख रुपए का खर्चा करके 15 दिनों में इस सफर को तय किया और वापिस अपने देश पहुंचे। चलो, आपका नाम जी? जी, मेरा नाम है धर्मेंद्र सिंह मुल्तानी। मैं इत्थे बराड़ी दा रहने वाला। मैं पिछले 23 सालों तो जर्मनी दे विच रह रहा। आप जर्मन से इंडिया बाय कार आए हैं? हाँ जी। आपने कितनी देशों का सफर किया है? देखो जी, मैं लगभग 13 कंट्रियां का सफर किया। ये जर्मन तो स्टार्ट किया ट्रिप, ते वाया ईरान, पाकिस्तान ते इंडिया, पिछे सारिया यूरोप दी कंट्रियां पूरा क्रॉस करके आए। कितने किलोमीटर का सफर रहा है जी? लगभग हो गया कुछ 10,000 दे प्लस, तो वन वे एक साइड दा आज तक। किस प्रकार की परेशानियों का सामना किया आपने? देखो जी, पिछे यूरोप ता कोई परेशानी नहीं आई, ते तुर्की दे विच भी सानू अद्धे तुर्की तक कोई भी परेशानी नहीं आई, पर जदों अद्धा तुर्की नू असी क्रॉस कीता तां उत्थे भी थोड़ी जी जिदा कि लैंग्वेज चेंज होने लग गई उन्हां दी, थोड़ी बहुती लोग चेंज होने लग गए, तां थोड़ा बहुता जिहड़ा उत्थे दा माहौल सी उह भी चेंज होने लग गया। लैंग्वेज थोड़ा फर्क पै गया उन्हां दे, कुछ समझाने दे विच जिदा दिक्कत आंदी है खाण पीण दी जां होटल वगैरह दी बुकिंग करनी है, क्योंकि उत्थे दसदे कुछ होर ने जदों बुक कीता तां बाद दे विच कुछ होर हो जांदा। तो इदां दी थोड़ी बहुती परेशानी आई है, पर मेन परेशानी सानूं आई आ ईरान दे विच। जदों असीं ईरान च एंटर कीता तां ਜਿਹੜੇ ਬਾਰਡਰ ਦੇ ਉੱਤੇ ਏਜੰਟ ਬੈਠੇ ਹੁੰਦੇ ਨੇ, ਜਿਹੜੇ ਬਾਰਡਰ ਨੂੰ ਕਰੋਸ ਕਰਾਉਂਦੇ ਨੇ, ਜੋ ਵੀ ਉੱਥੇ ਡਾਕੂਮੈਂਟ ਹੁੰਦੇ ਨੇ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ, ਤੁਸੀਂ ਈਰਾਨ ਦੇ ਵਿੱਚ ਐਂਟਰ ਹੋ ਰਹੇ ਹੋ, ਤੁਹਾਡੇ ਗੱਡੀ ਦੇ ਕਿਹੜੇ ਡਾਕੂਮੈਂਟ ਨੇ ਤੁਹਾਡੇ ਕੋਲ, ਜਾਂ ਉਹਦੀ ਇੰਸ਼ੋਰੈਂਸ ਇੱਕ ਕਰਾਉਣੀ ਪੈਂਦੀ ਸਪੈਸ਼ਲ ਈਰਾਨ ਦੇ ਵਿੱਚ ਜਾ ਕੇ, ਅਤੇ ਇੱਦਾਂ ਦੀ ਕੁਛ ਗੱਲਾਂ ਨੇ ਉਹਨਾਂ ਨੂੰ ਵੀ ਸਮਝਾਉਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ, ਕਿਉਂਕਿ ਉਹ ਇੰਗਲਿਸ਼ ਤਾਂ ਬਿਲਕੁਲ ਨਹੀਂ ਸਮਝਦੇ ਈਰਾਨ ਦੇ ਲੋਕ, ਇਸ ਤੋਂ ਥੋੜ੍ਹਾ ਜਿਹਾ ਪਿੱਛੇ ਹੀ ਨੇ ਉਹ ਇੰਗਲਿਸ਼ ਤੋਂ, ਤੁਹਾਨੂੰ ਪਤਾ ਹੀ ਹੈ ਇਹਦਾ ਮੇਨ ਰੀਜ਼ਨ। ਅਤੇ ਉਸ ਤੋਂ ਬਾਅਦ ਸਾਨੂੰ ਈਰਾਨ ਦੇ ਵਿੱਚ ਥੋੜ੍ਹੀ ਜਿਹੀ ਰਹਿਣ ਦੀ ਵੀ ਪ੍ਰੋਬਲਮ ਆਈ, ਖਾਣ ਪੀਣ ਦੀ ਤਾਂ ਬਹੁਤ ਹੀ ਜ਼ਿਆਦਾ, ਕਿਉਂਕਿ ਸਾਨੂੰ ਤਾਂ ਪਤਾ ਨਹੀਂ ਸੀ ਹੁੰਦਾ ਵੀ ਹੁਣ ਸਾਡੇ ਅੱਗੇ ਕੀ ਪਿਆ, ਕੀ ਖਾਣਾ ਹੈ, ਕੀ ਹੈ, ਤਾਂ ਉਹਦੇ ਵਿੱਚ ਤੁਹਾਨੂੰ ਕਾਫੀ ਦਿਨ ਦਿੱਕਤ ਰਹੀ। ਔਰ ਮੁੜ ਕੇ ਸਾਡੀ ਗੱਡੀ ਦੇ ਵਿੱਚ ਉਹਨਾਂ ਨੇ ਡੀਜ਼ਲ ਦੀ ਥਾਂ 'ਤੇ ਪੈਟਰੋਲ ਪਾ ਤਾ ਸੀ ਇਹਨਾਂ ਨੇ, ਅਤੇ ਇਹ ਮੇਨ ਸਮੱਸਿਆ ਸਾਡੇ ਵਾਸਤੇ ਉੱਥੇ ਖੜ੍ਹੀ ਹੋ ਗਈ ਸੀ। ਉਹ ਤਾਂ ਪੂਰਾ ਜਦੋਂ ਉਹਨਾਂ ਨੇ ਟੈਂਕ ਦਾ ਫੁੱਲ ਕਰਤਾ ਤਾਂ ਸਾਨੂੰ ਕੋਈ ਫੀਲਿੰਗ 'ਚ ਆਈ ਸੀ ਕਿ ਕੁਛ ਪੈਟਰੋਲ ਦੀ ਇਹਦੇ ਵਿੱਚੋਂ ਲੱਗ ਰਹੀ ਹੈ, ਫਿਰ ਉਹਨਾਂ ਨੂੰ ਬਾਅਦ ਚ ਪੁੱਛਿਆ ਵੀ ਇਹ ਪੈਟਰੋਲ ਹੈ ਜਾਂ ਡੀਜ਼ਲ ਹੈ, ਕਹਿੰਦੇ ਨਹੀਂ ਜੀ ਪੈਟਰੋਲ। ਫਿਰ ਇੱਥੇ ਮਕੈਨਿਕ ਬੁਲਾ ਕੇ ਉਹਨਾਂ ਨੇ ਸਾਰਾ ਉੱਥੇ ਤੇਲ ਕਢਾਉਣਾ ਪਿਆ, ਨਵੀਂ ਟੈਂਕੀ ਫੁੱਲ ਕੀਤੀ, ਡਬਲ ਪੇਮੈਂਟ ਕੀਤੀ ਉਹਨਾਂ ਨੂੰ, ਤਾਂ ਇਹ ਬਹੁਤ ਵੱਡੀ ਪਰੇਸ਼ਾਨੀ ਰਹੀ ਸਾਡੇ ਵਾਸਤੇ। ਇਸ ਪੂਰੇ ਸਫ਼ਰ ਮੇਂ ਆਪਕਾ ਕਿਤਨਾ ਰੁਪਏ ਕਾ ਖਰਚਾ ਹੈ? ਦੇਖੋ ਜੀ, ਇਸ ਸਫ਼ਰ ਦੇ ਵਿੱਚ ਇੱਕ ਸਾਈਡ ਦਾ ਮੈਂ ਜੋ ਕੈਲਕੂਲੇਟ ਕੀਤਾ ਤਾਂ ਉਹ ਤਕਰੀਬਨ 5 ਲੱਖ ਰੁਪਏ ਦੇ ਆਸ ਪਾਸ ਦਾ ਖਰਚਾ ਹੋ ਚੁੱਕਿਆ ਗੱਡੀ ਦੇ ਅਮਾਊਂਟ ਤੋਂ ਵਗੈਰਾ। ਆਪਣੇ ਕਿਸ ਪ੍ਰਕਾਰ ਇਹ ਸੋਚਿਆ ਕਿ ਆਪਣੇ ਜਰਮਨੀ ਸੇ ਇੰਡੀਆ ਕਾ ਸਫ਼ਰ ਉਹ ਵੀ ਬਾਏ ਰੋਡ ਕਰਨਾ ਹੈ, ਕਿਉਂਕਿ ਕਾਫੀ ਮੁਸ਼ਕਿਲੋਂ ਭਰਾ ਸਫ਼ਰ ਹੋਤਾ ਹੈ, ਇਸ ਬਾਰੇ ਮੈਂ ਆਪਣੇ ਕੈਸੇ ਸੋਚਾ? ਦੇਖੋ ਜੀ, ਮੈਂ ਇਸ ਟ੍ਰਿਪ ਦੀ ਪਲੈਨਿੰਗ ਤਕਰੀਬਨ 2-2.5 ਸਾਲ ਤੋਂ ਕਰ ਰਿਹਾ ਸੀ, ਤਾਂ ਥੋੜ੍ਹਾ ਜਿਹਾ ਲੋਕਾਂ ਨੂੰ ਦੇਖ ਕੇ ਲੱਗਦਾ ਸੀ ਕਿ ਕਿਉਂ ਨਾ ਆਪਣੇ ਦੇਸ਼ ਨੂੰ ਇੱਕ ਵਾਰੀ ਗੱਡੀ 'ਤੇ ਟਰੈਵਲ ਕੀਤਾ ਜਾਵੇ ਬਾਏ ਰੋਡ, ਤਾਂ ਇਹ ਚੀਜ਼ ਮੇਰੇ ਕਾਫੀ ਦੇਰ ਤੋਂ ਮਨ ਦੇ ਵਿੱਚ ਸੀ, ਤਾਂ
ਚਲੋ ਪਰਮਾਤਮਾ ਨੇ ਇੱਕ ਮੌਕਾ ਦਿੱਤਾ ਸਾਨੂੰ ਤਾਂ। ਕਿੰਨੇ ਦਿਨ ਲੱਗੇ ਜੀ ਇਹਦੇ ਅੰਦਰ? ਅੱਛਾ ਜੀ, ਅਸੀਂ ਚੱਲੇ ਸੀਗੇ ਉੱਥੋਂ ਦੀ 13 ਨਵੰਬਰ ਨੂੰ ਚੱਲੇ ਸੀ, ਤਾਂ ਅਸੀਂ 23 ਨਵੰਬਰ ਨੂੰ ਪਾਕਿਸਤਾਨ ਦੇ ਬਾਰਡਰ ਤੇ ਐਂਟਰ ਕਰ ਲਿਆ ਸੀ। ਤਕਰੀਬਨ 10 ਦਿਨਾਂ ਦੇ ਵਿੱਚ ਪਾਕਿਸਤਾਨ ਕੋਇਟਾ ਪਹੁੰਚ ਗਏ ਸੀ ਅਸੀਂ, ਤਾਂ ਤਕਰੀਬਨ 15-16 ਦਿਨ ਲੱਗੇ ਸੀ ਸਾਨੂੰ ਇੰਡੀਆ ਤੱਕ ਦਾ ਸਫ਼ਰ ਕਰਨ। ਜਬ ਆਪਕਾ ਵਾਪਸੀ ਕਾ ਸਫ਼ਰ ਹੈ ਤੋ ਵੋ ਵੀ ਅਭੀ ਕਾਰ ਸੇ ਹੋਗਾ ਯਾ ਬਾਈ ਫਲਾਈਟ ਹੋਗਾ? ਨਹੀਂ ਜੀ, ਮੈਂ ਬਾਈ ਫਲਾਈਟ ਤੋਂ ਨਹੀਂ ਜਾਊਂਗਾ, ਮੈਂ ਬਾਈ ਕਾਰ ਹੀ ਜਾਊਂਗਾ। ਭਾਰਤ ਮੇਂ ਕਿਸ ਪ੍ਰਕਾਰ ਕਾ ਰਿਸਪੋਂਸ ਮਿਲਾ ਹੈ? ਭਾਰਤ ਦੇ ਵਿੱਚ ਤੇ ਚਲੋ ਠੀਕ ਹੈ, ਆਪਣੇ ਲੋਕ ਨੇ ਇੱਥੇ ਸਾਰੇ ਆਪਣੀ ਭਾਸ਼ਾ, ਰਿਸਪੋਂਸ ਠੀਕ ਹੈ, ਬਹੁਤ ਵਧੀਆ, ਕੋਈ ਐਸੀ ਦਿੱਕਤ ਪਰੇਸ਼ਾਨੀ ਨਹੀਂ। ਕਾਫੀ ਲੋਕਾਂ ਨਾਲ ਗੱਲਬਾਤ ਹੋਈ, ਖੁਸ਼ੀ ਹੋਈ ਮਿਲ ਕੇ ਉਹਨਾਂ ਨੂੰ ਵੀ, ਸਾਨੂੰ ਵੀ ਠੀਕ ਰਿਹਾ, ਬਹੁਤ ਵਧੀਆ। ਆਪਕੇ ਇਸ ਸਫ਼ਰ ਮੇਂ ਬੀਚ ਮੇਂ ਕਿਨ ਕਿਨ ਦੇਸ਼ੋਂ ਸੇ ਹੋਕਰ ਆਏ ਹੈਂ ਆਪ? ਹਾਂਜੀ, ਇਹ ਦੇਖੋ ਜੀ, ਅਸੀਂ ਜਰਮਨੀ ਤੋਂ ਸਟਾਰਟ ਕੀਤਾ ਸੀਗਾ ਸਫ਼ਰ ਆਪਣਾ, ਅਤੇ ਇੱਥੇ ਅਸੀਂ ਚੈੱਕ ਰਿਪਬਲਿਕ ਗਏ ਸੀ, ਆਸਟਰੀਆ ਗਏ ਸੀ, ਤਾਂ ਇੱਕ ਕੰਟਰੀ ਹੈਗੀ ਸਲੋਵਾਕੀਆ, ਉਸ ਤੋਂ ਬਾਅਦ ਅਸੀਂ ਹੰਗਰੀ 'ਚ ਐਂਟਰ ਕੀਤਾ, ਸਰਬੀਆ, ਬੁਲਗਾਰੀਆ, ਤੁਰਕੀ, ਤੁਰਕੀ ਤੋਂ ਈਰਾਨ, ਈਰਾਨ ਤੋਂ ਪਾਕਿਸਤਾਨ, ਪਾਕਿਸਤਾਨ ਤੋਂ ਇੰਡੀਆ, ਅਤੇ ਹੁਣ ਜਿਹੜਾ ਮੇਰਾ ਵਾਪਸੀ ਰੂਟ ਹੈ ਇਹ ਬਿਲਕੁਲ ਇੱਦਾਂ ਹੀ ਈਰਾਨ ਤੱਕ ਤਾਂ ਸੇਮ ਰਹੇਗਾ। ਇੱਥੋਂ ਦੀ ਫਿਰ ਮੈਂ ਥੋੜ੍ਹਾ ਰਸ਼ੀਆ ਵਾਲਾ ਰੂਟ ਲਵਾਂਗਾ, ਅਰਮੇਨੀਆ, ਜੋਰਜੀਆ, ਰਸ਼ੀਆ, ਬੇਲਾਰੂਸ ਤੋਂ ਹੁੰਦੇ ਪੋਲੈਂਡ, ਪੋਲੈਂਡ ਤੋਂ ਵਾਪਸ ਜਾਣਾ। ਤੋ ਬੀਚ ਮੇਂ ਜੈਸੇ ਸਮੁੰਦਰ ਆਏਗਾ ਰਸ਼ੀਆ ਕੇ ਬਾਅਦ, ਤੋ ਯਹਾਂ ਸੇ ਆਪਕੋ ਗਾੜੀ ਕਿਸ ਪ੍ਰਕਾਰ ਸੇ ਆਪ ਲੈ ਜਾਏਂਗੇ? ਇਹਦੇ ਵਿੱਚ ਕੋਈ ਵੀ ਸਮੁੰਦਰ ਨਹੀਂ ਆਏਗਾ ਜੀ, ਬਿਲਕੁਲ ਇਹੀ ਰੂਟ ਹੈ, ਬਾਏ ਰੋਡ ਰਹੇਗਾ। ਹਾਂਜੀ, ਆਪਣੇ ਆਸ ਪਾਸ ਸੇ ਜੁੜੇ ਐਸੇ ਹੀ ਅਪਡੇਟਸ ਪਾਣੀ ਕੇ ਲਈ ਦੇਖਤੇ ਰਹੇ ਅੰਬਾਲਾ ਬ੍ਰੇਕਿੰਗ ਨਿਊਜ਼। ਹਮੇ ਫੇਸਬੁਕ ਪਰ ਲਾਈਕ ਕਰੇ, ਯੂਟਿਊਬ ਪਰ ਸਬਸਕ੍ਰਾਈਬ ਕਰੇ, ਔਰ ਆਪਣੇ ਐਪਲ ਔਰ ਐਂਡਰੋਇਡ ਮੋਬਾਈਲ ਫੋਨ ਕੇ ਪਲੇ ਸਟੋਰ ਸੇ ਹਮਾਰੀ ਐਪ ਅੰਬਾਲਾ ਬ੍ਰੇਕਿੰਗ ਨਿਊਜ਼ ਡਾਊਨਲੋਡ ਕਰੇ।